ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ 'ਤੇ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਕਾਫੀ ਰੌਣਕਾਂ ਲੱਗੀਆਂ ਹੋਈਆਂ ਮੰਡੀ 'ਚ, ਜਿਵੇਂ ਜਿਵੇਂ ਸੀਜ਼ਨ ਲੰਘਦਾ ਜਾਂਦਾ ਟਰੈਕਟਰਾਂ ਦੀ ਜੋ ਗਿਣਤੀ ਆ ਵੱਧਦੀ ਜਾਂਦੀ ਹੈ ਮੰਡੀ 'ਚ। ਚਲੋ ਅੱਜ ਤਾਂ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਟਰੈਕਟਰ ਤੁਹਾਨੂੰ ਦਿਖਾਵਾਂਗੇ, ਫੋਰਡ ਵਿਖਾਵਾਂਗੇ 3694 ਮਾਡਲ ਆ, 1,55,000 ਰੁਪਈਆ ਦਾ ਮਾਡ ਆ। ਫਰੰਟ ਵਾਲੇ ਟਾਇਰ ਆ ਜਿਹੜੇ ਇਸਦੇ ਕਾਸੇ ਪਏ ਆ, ਰੰਗ ਆ ਜੋ ਵੀ ਜੈਨੂਨ ਆ ਇਸਦਾ, ਸ਼ੋਕੇ ਤੋਂ ਪੇਂਟ ਵਗੈਰਾ ਨਹੀਂ ਹੋਈ। ਬੈਕ ਸਾਈਡ ਦੇ ਟਾਇਰ ਆ ਜਿਹੜੇ ਗੁੜੀਅਰ ਦੇ ਆ, 1628 ਦੇ ਠੀਕ ਠਾਕ ਕੰਡੀਸ਼ਨ ਦੇ ਟਾਇਰ ਪਏ। ਉਸਦੇ ਨਾਲ ਆ ਗਿਆ ਜੀ ਐਸ਼ਰ ਮਾਡਲ ਆ ਜੀ ਇਹ 94 ਅਤੇ ਡਿਮਾਂਡ ਹੈਗੀ ਆ ਇਸ ਟਰੈਕਟਰ ਦੀ 1,22,000 ਰੁਪਈਆ। ਪੰਜਾਬ ਨੰਬਰ ਟਰੈਕਟਰ ਆ, ਕੰਡੀਸ਼ਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਟਾਇਰ ਆ ਜਿਹੜੇ ਇਸਦੇ ਕਾਸੇ ਪਏ ਹੋਏ ਆ। ਉਹਦੇ ਨਾਲ ਆ ਗਿਆ ਸਵਰਾਜ 735, 98 ਮਾਡਲ ਆ ਜੀ, 1,48,000 ਰੁਪਈਆ ਡਿਮਾਂਡ ਆ ਜੀ। ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ, ਪੰਜਾਬ ਨੰਬਰ ਟਰੈਕਟਰ ਆ ਜੀ, PB 48। ਪੰਪ ਵੀ ਇਸਦਾ ਬਾਹਰ ਨਹੀਂ ਗਾ ਅਤੇ 4 ਗੇਅਰਾਂ ਵਾਲਾ ਇਹ ਟਰੈਕਟਰ ਆ ਜੀ। ਉਸਦੇ ਨਾਲ ਆ ਗਿਆ ਮਹਿੰਦਰਾ 265, ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਹੋ, ਟਾਇਰ ਇਸਦੇ ਕਾਸੇ ਪਏ ਹੋਏ ਨੇ। ਮਾਡਲ ਆ 99, 1,40,000 ਰੁਪਈਆ ਡਿਮਾਂਡ ਆ ਜੀ। ਉਹਦੇ ਨਾਲ ਆ ਗਏ ਮਹਿੰਦਰਾ 575, ਪੰਜਾਬ ਨੰਬਰ ਟਰੈਕਟਰ ਜੀ, PB 03। ਚਾਰੇ ਟਾਇਰ ਬਿਲਕੁਲ ਓਕੇ ਜੀ, ਰੰਗ ਬੰਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ। ਡਬਲ ਕਲੱਚ ਟਰੈਕਟਰ ਆ, 2002 ਮਾਡਲ ਆ, 2,50,000 ਰੁਪਈਆ ਡਿਮਾਂਡ ਆ ਜੀ ਮਾਲਕਾਂ ਦੀ। ਉਹਦੇ ਨਾਲ ਮਹਿੰਦਰਾ 265 ਆ ਗਈ, 95 ਮਾਡਲ ਆ ਜੀ, 1,30,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਫਰੰਟ ਦੇ ਟਾਇਰ ਕਾਸੇ ਪਏ, ਬੈਕ ਸਾਈਡ ਦੇ ਟਾਇਰ ਵੀ ਇਸਦੇ ਕਾਸੇ ਪਏ ਹੋਏ ਨੇ। ਸਵਰਾਜ 855 ਆ ਗਿਆ ਜੀ, 2007 ਮਾਡਲ ਆ ਜੀ, ਪੰਜਾਬ ਨੰਬਰ ਟਰੈਕਟਰ ਆ, 3,30,000 ਰੁਪਈਆ ਡਿਮਾਂਡ ਆ। ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਜੀ, ਗੁੜੀਅਰ ਦੇ ਟਾਇਰ ਆ, ਬੈਕ ਸਾਈਡ ਦੇ 1428 ਸਾਈਜ਼ ਆ ਜੀ। ਉਸਦੇ ਨਾਲ ਆ ਗਿਆ ਜੀ ਸਵਰਾਜ 735, ਮਾਡਲ ਆ ਪੂਰਾ 2000 ਜੀ, ਰੇਟ ਵੀ ਪੂਰਾ 2,00,000 ਹੀ ਆ ਜੀ। ਚਾਰੇ ਟਾਇਰ ਵੀ ਬਿਲਕੁਲ ਓਕੇ ਜੀ, ਰੰਗ ਬੰਨ ਲਓ ਵੀ ਟਰੈਕਟਰ ਬਿਲਕੁਲ ਸਾਫ਼ ਪਿਆ ਜੀ। ਪੰਪ ਵੀ ਇਸ ਦਾ ਬਾਹਰ ਆ ਜੀ ਅਤੇ ਇਸਦੇ ਗੇਅਰ ਆ ਜਿਹੜੇ ਉਹ ਵੀ 5 ਆ। ਗੁੜੀਅਰ ਦੇ ਟਾਇਰ ਆ, ਬੈਕ ਸਾਈਡ ਦੇ 12,428 ਸਾਈਜ਼ ਆ ਜੀ। ਉਸਦੇ ਨਾਲ ਆ ਗਿਆ ਜੀ ਸਵਰਾਜ 855। ਚਲੋ ਇਹ ਲਾਈਨ ਤੁਹਾਨੂੰ ਫੇਰ ਵਿਖਾਉਣੇ ਆ, ਇਹਦੇ ਨਾਲ ਦੀ ਲਾਈਨ ਹੀ ਅੱਗੇ ਕਲੀਅਰ ਕਰ ਦਈਏ ਆਪਾਂ। ਉਸਦੇ ਨਾਲ ਆ ਗਿਆ ਜੀ DI 60 ਸੋਨਾਲੀਕਾ, ਦੋ ਹਜ਼ਾਰ 8 ਮਾਡਲ ਆ ਜੀ, 2,88,000 ਰੁਪਈਆ ਡਿਮਾਂਡ ਆ ਜੀ। ਉਸਦੇ ਨਾਲ ਆ ਗਿਆ ਫਾਰਮ 60 ਜੀ, ਚਾਰੇ ਟਾਇਰ ਬਿਲਕੁਲ ਓਕੇ ਆ ਜੀ। 2001 ਮਾਡਲ ਆ ਜੀ, 2,35,000 ਰੁਪਈਆ ਡਿਮਾਂਡ ਆ ਜੀ ਮਾਲਕਾਂ ਦੀ। ਡਬਲ ਕਲੱਚ ਟਰੈਕਟਰ ਆ ਜੀ। ਉਹਦੇ ਨਾਲ ਆ ਗਏ ਸਵਰਾਜ 735, 2004 ਮਾਡਲ ਆ, 2,30,000 ਰੁਪਈਆ ਡਿਮਾਂਡ ਆ। ਟਾਇਰ ਚਾਰੇ ਬਿਲਕੁਲ ਨਵੇਂ ਆ, ਹਰਿਆਣਾ ਨੰਬਰ ਟਰੈਕਟਰ ਆ ਜੀ। ਪੰਪ ਵੀ ਇਸ ਦਾ ਬਾਹਰ ਆ ਜੀ। ਉਸਦੇ ਨਾਲ ਆ ਗਏ ਮਹਿੰਦਰਾ 265, 99 ਮਾਡਲ ਆ, 1,35,000 ਰੁਪਈਆ ਡਿਮਾਂਡ ਆ। ਟਾਇਰ ਇਸਦੇ ਜਿਹੜੇ ਕਾਸੇ ਪਏ ਹੋਏ ਆ, ਰੰਗ ਬੰਨ ਲਓ ਜੋ ਵੀ ਆ, ਟਰੈਕਟਰ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜੀ। ਉਸਦੇ ਨਾਲ ਆ ਗਿਆ ਸਵਰਾਜ 855, 3,00,000 ਪੂਰਾ ਰੇਟ ਆ, ਮਾਡਲ 2008 ਆ ਜੀ। ਰੰਗ ਬੰਨ ਤੁਸੀਂ ਟਰੈਕਟਰ ਦਾ ਦੇਖ ਸਕਦੇ ਹੋ, ਟਾਇਰਾਂ ਦੀ ਕੰਡੀਸ਼ਨ ਜਿਹੜੀ ਬੈਕ ਸਾਈਡ ਦੇ ਕਾਸੇ ਪਏ ਹੋਏ ਆ, ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ, MRF ਦੇ ਟਾਇਰ ਆ ਜੀ ਚਾਰੇ। ਉਸਦੇ ਨਾਲ ਆ ਗਏ ਮਹਿੰਦਰਾ 275, ਰੰਗ ਜਿਹੜਾ ਇਸ ਟਰੈਕਟਰ ਦਾ ਬਿਲਕੁਲ ਸਾਫ਼ ਆ ਜੀ ਅਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਹੈ ਜੀ। ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਟਰੈਕਟਰ ਹੁਣੇ ਆ ਕੇ ਲੱਗਿਆ ਮੰਡੀ 'ਤੇ। ਇਹ 2001 ਮਾਡਲ ਆ, 2,10,000 ਰੁਪਈਆ ਡਿਮਾਂਡ ਆ ਮਾਲਕਾਂ ਨੇ। ਟਰੈਕਟਰ ਦੇਖਣ 'ਚ ਬਹੁਤ ਸਾਫ਼ ਆ ਜੀ। ਉਸਦੇ ਨਾਲ ਆ ਗਿਆ ਸਵਰਾਜ 735,
94 ਮਾਡਲ 1,25,000 ਰੁਪਇਆ ਡਿਮਾਂਡ ਆ। ਟਾਇਰ ਚਾਰੇ ਇਸਦੇ ਘਾਸੇ ਪਏ ਹੋਏ ਨੇ, ਬਿਲਕੁਲ ਖਤਮ ਕਹਿ ਸਕਦੇ ਹਾਂ। ਉਸਦੇ ਨਾਲ ਆ ਗਈ ਸਵਰਾਜ 855, ਸਵਰਾਜ 735 ਹੈ ਜੀ, ਇਹ 2001 ਮਾਡਲ ਆ। ₹1,90,000 ਰੁਪਇਆ ਡਿਮਾਂਡ ਆ ਜੀ। ਜਿਹੜੀ ਸ਼ੋ 855 ਵਾਲੀ ਲਾਈ ਹੋਈ ਆ, ਬਿਰਲਾ ਦੇ ਬੈਕ ਸਾਈਡ ਦੇ ਟਾਇਰ ਆ, 1,300-1,800 ਸਾਈਜ਼ ਆ ਜੀ। ਉਹਦੇ ਨਾਲ 3630 ਆ ਗਈ, 2014 ਮਾਡਲ, ਪੰਜਾਬ ਨੰਬਰ ਆ। 4,70,000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਓਕੇ ਆ, ਰੰਗ ਵੱਲੋਂ ਵੀ ਟਰੈਕਟਰ ਬਹੁਤ ਜ਼ਿਆਦਾ ਸਾਫ਼ ਪਿਆ ਜੀ। ਉਹਦੇ ਨਾਲ ਆ ਗਈ ਸਵਰਾਜ 855, ₹3,00,000 ਰੁਪਇਆ ਇਹਦਾ ਪੂਰਾ ਜਿਹੜਾ ਰੇਟ ਆ। ਮਾਡਲ ਮਿਟ ਚੁੱਕਿਆ ਵੀਰੇ, ਮਾਡਲ ਨਹੀਂ ਆਪਾਂ ਤੁਹਾਨੂੰ ਦੱਸ ਸਕਦੇ ਕਿਉਂਕਿ ਮਾਡਲ ਦਾ ਮਾਰਕਾ ਜਿਹੜਾ ਮਿਟ ਚੁੱਕਿਆ ਇਸਦਾ। 1,300-1,800 ਦੇ ਟਾਇਰ ਆ, ਚਾਰੇ ਟਾਇਰ ਬਿਲਕੁਲ ਨਵੇਂ ਆ ਜੀ। ਉਸਦੇ ਨਾਲ ਆ ਗਈ 740 ਸੋਨਾਲੀਕਾ, ਡਬਲ ਕਲੱਚ ਆ ਜੀ, 6 ਚੀਰੀਏ, 2002 ਮਾਡਲ ਆ। ₹1,75,000 ਰੁਪਈਆ ਡਿਮਾਂਡ ਆ। ਟਾਇਰਾਂ ਦੀ ਕੰਡੀਸ਼ਨ ਜਿਹੜੀ ਠੀਕ ਠਾਕ ਆ ਜੀ ਇਸਦੀ। ਉਹਦੇ ਨਾਲ ਆ ਗਿਆ ਮਹਿੰਦਰਾ 265, ਰੰਗ ਵੱਲੋਂ ਟਰੈਕਟਰ ਬਹੁਤ ਸਾਫ਼ ਆ ਜੀ। ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਆ, ਫਰੰਟ ਦੇ ਟਾਇਰ ਆ ਜਿਹੜੇ ਕਾਸੇ ਪਏ ਹੋਏ ਨੇ। 12-4-28 ਸਾਈਜ਼ ਆ ਜੀ, MRF ਦੇ ਬੈਕ ਸਾਈਡ ਦੇ ਟਾਇਰ ਆ ਜੀ ਇਸਦੇ। ਮਾਡਲ ਆ ਜੀ 2001, ₹1,82,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਰੰਗ ਵੱਲੋਂ ਬਿਲਕੁਲ ਸਾਫ਼ ਆ ਜੀ ਟਰੈਕਟਰ। ਉਹਦੇ ਨਾਲ ਆ ਗਏ ਸੋਨਾਲੀਕਾ 740, 2001 ਮਾਡਲ ਆ ਜੀ, ₹1,95,000 ਰੁਪਈਆ ਡਿਮਾਂਡ ਆ। ਚਾਰੇ ਟਾਇਰ ਬਿਲਕੁਲ ਓਕੇ ਆ ਜੀ, JK ਦੇ ਟਾਇਰ ਆ, 1,300-1,800 ਦੇ ਟਾਇਰ ਆ ਜੀ। ਉਹਦੇ ਨਾਲ ਇੱਕ ਟਰਾਲੀ ਖੜੀ ਹੈ ਜੈਕ ਵਾਲੀ, ₹1,10,000 ਰੁਪਈਆ ਡਿਮਾਂਡ ਆ ਜੀ ਇਹਦੀ। ਵਿੱਚੋਂ ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਠਾਕ ਆ। ਉਸਦੇ ਨਾਲ ਆ ਗਿਆ ਜੀ ਸਵਰਾਜ 855, MRF ਦੇ ਟਾਇਰ ਆ ਜੀ ਇਸਦੇ ਬੈਕ ਸਾਈਡ ਦੇ, 1,400-1,800 ਦੇ। ਰੰਗ ਜੋ ਵੀ ਆ ਤੁਸੀਂ ਦੇਖ ਸਕਦੇ ਹੋ ਸਾਫ ਆ। ਕਲੋਸ ਕਰਦੇ ਇੰਜਨ ਵਾਲਾ, ਪੰਜਾਬ ਨੰਬਰ ਟਰੈਕਟਰ ਆ, 2014 ਮਾਡਲ ਆ। ₹4,80,000 ਰੁਪਈਆ ਡਿਮਾਂਡ ਆ ਜੀ ਟਰੈਕਟਰ ਦੀ। ਉਹਦੇ ਨਾਲ ਆ ਗਈ ਸਕਲਟ 335, ਮਾਡਲ 92 ਜੀ, ₹1,00,000 ਰੁਪਈਆ ਪੂਰੀ ਡਿਮਾਂਡ ਆ ਮਾਲਕਾਂ ਦੀ। ਟੈਰਸ ਦੇ ਬਿਲਕੁਲ ਖਤਮ ਆ। ਉਹਦੇ ਨਾਲ ਆ ਗਏ ਸਵਰਾਜ 855, ਮਾਡਲ ਆ 2000, ਰੇਟ 2,50,000 ਰੁਪਈਆ ਜੀ, ਪੰਜਾਬ ਨੰਬਰ ਟਰੈਕਟਰ। ਉਸਦੇ ਨਾਲ ਆ ਗਿਆ ਮਹਿੰਦਰਾ 235, ਏਅਰ ਫਲੋ ਭੂਮੀ ਪੁੱਤਰ, ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਇਸ ਟਰੈਕਟਰ ਦੇ। 2008 ਮਾਡਲ ਆ, ₹1,65,000 ਰੁਪਈਆ ਡਿਮਾਂਡ ਆ। PVT ਪੰਜਾਬ ਨੰਬਰ ਇਹ ਟਰੈਕਟਰ ਹੈ ਜੀ। ਉਸਦੇ ਨਾਲ ਆ ਗਏ 98 ਮਾਡਲ, ₹1,90,000 ਰੁਪਈਏ ਰੇਟ 855 ਦਾ ਜੀ। ਟਾਇਰ ਜਿਹੜੇ ਇਸਦੇ ਘਾਸੇ ਪਏ ਹੋਏ ਆ, ਤੁਸੀਂ ਦੇਖ ਸਕਦੇ ਹੋ ਜੀ। ਉਸਦੇ ਨਾਲ ਆ ਗਿਆ ਮਹਿੰਦਰਾ 265, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਜੀ। 2001 ਮਾਡਲ ਆ ਜੀ, ₹2,22,000 ਰੁਪਈਆ ਡਿਮਾਂਡ ਆ ਮਾਲਕਾਂ ਦੀ। ਪੰਜਾਬ ਨੰਬਰ ਟਰੈਕਟਰ ਜੀ, PB03, MRF ਦੇ ਟਾਇਰ ਆ, 12-4-28 ਸਾਈਜ਼ ਆ ਜੀ ਇਸਦਾ। ਉਹਦੇ ਨਾਲ ਆ ਗਏ 245 ਮੈਸੀ, ਪੰਜਾਬ ਨੰਬਰ ਟਰੈਕਟਰ ਜੀ ਇਹਦੀ, 2002 ਮਾਡਲ ਆ ਜੀ, ₹2,35,000 ਰੁਪਈਆ ਡਿਮਾਂਡ ਆ। ਟਾਇਰ ਆ ਜਿਹੜੇ ਚਾਰੇ ਬਿਲਕੁਲ ਨਵੇਂ ਨੇ ਜੀ ਇਸਦੇ, ਅਤੇ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਵੀ ਤੁਹਾਨੂੰ ਜ਼ਰੂਰ ਦੱਸਾਂਗੇ। 68 ਦੇ ਟਾਇਰ ਆ, 1,300-1,800 ਦੇ ਟਾਇਰ ਆ ਜੀ। ਤੁਸੀਂ ਚੰਗੀ ਤਰ੍ਹਾਂ ਟਰੈਕਟਰ ਨੂੰ ਵੀਡੀਓ 'ਚ ਦੇਖ ਸਕਦੇ ਹੋ ਜੀ, ਟਰੈਕਟਰ ਸਾਫ਼ ਕੰਡੀਸ਼ਨ ਦਾ ਜੀ। ਲਓ ਜੀ, ਉਸ ਦੇ ਨਾਲ ਆ ਗਿਆ ਸਵਰਾਜ 724 XM, 2011 ਮਾਡਲ, ₹2,55,000 ਰੁਪਈਆ ਡਿਮਾਂਡ ਆ। MRF ਦੇ ਫਰੰਟ ਦੇ ਟਾਇਰ ਆ, ਬੈਕ ਸਾਈਡ ਦੇ JK ਦੇ ਟਾਇਰ ਆ। ਟਾਇਰ ਚਾਰੇ ਬਿਲਕੁਲ ਨਵੇਂ ਨੇ, 12-4-28 ਸਾਈਜ਼ ਆ ਜੀ ਇਸ ਟਰੈਕਟਰ ਦੇ ਟਾਇਰਾਂ ਦਾ। ਉਸਦੇ ਨਾਲ ਆ ਗਿਆ ਜੀ 750 ਸੋਨਾਲੀਕਾ,
ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ। BKT ਦੇ ਟਾਇਰ ਆ, ਬੈਕ ਸਾਈਡ ਦੇ 1428 ਦੇ, 2008 ਮਾਡਲ ਆ ਜੀ। 3,10,000 ਰੁਪਈਆ ਡਿਮਾਂਡ ਆ ਜੀ। ਉਹਦੇ ਨਾਲ ਆ ਗਏ ਸੋਨਾਲੀਕਾ 35, 2006 ਮਾਡਲ ਆ, ਡਬਲ ਕਲੱਚ ਟਰੈਕਟਰ ਆ ਜੀ। 2,55,000 ਰੁਪਈਆ ਡਿਮਾਂਡ ਆ। ਪੰਜਾਬ ਨੰਬਰ ਟਰੈਕਟਰ ਆ, ਚਾਰੇ ਟਾਇਰ ਇਸ ਦੇ ਵੀ ਬਿਲਕੁਲ ਓਕੇ ਜੀ, ਅਤੇ ਰੰਗ ਵੱਲੋਂ ਵੀ ਟਰੈਕਟਰ ਪੂਰਾ ਹੀ ਸਾਫ਼ ਆ ਜੀ। ਉਹਦੇ ਨਾਲ ਆ ਗਏ ਸਵਰਾਜ 735, 2007 ਮਾਡਲ ਆ ਜੀ। 2,45,000 ਰੁਪਈਆ ਡਿਮਾਂਡ ਆ ਜੀ ਮਾਲਕਾਂ ਦੀ। ਅਤੇ JK ਦੇ ਟਾਇਰ ਆ, ਬੈਕ ਸਾਈਡ ਦੇ ਅਤੇ ਫਰੰਟ ਦੇ ਅਰਜੁਨ ਦੇ ਜੀ। ਚਾਰੇ ਟਾਇਰ ਬਿਲਕੁਲ ਨਵੇਂ ਨੇ ਅਤੇ ਸਾਈਜ਼ ਜਿਹੜਾ ਹੈਗਾ 12x28 ਹੈ ਜੀ। ਮਾਡਲ ਤੁਹਾਨੂੰ ਦੱਸ ਹੀ ਦਿੱਤਾ, 2007 ਆ। 2,45,000 ਰੁਪਈਆ ਮਾਲਕਾਂ ਦੀ ਡਿਮਾਂਡ ਆ, ਪੰਪ ਇਸ ਦਾ 12 ਆ। ਉਸਦੇ ਨਾਲ ਆ ਗਏ ਮਹਿੰਦਰਾ 265/98 ਮਾਡਲ, 1,50,000 ਰੁਪਈਆ ਡਿਮਾਂਡ ਆ। ਫਰੰਟ ਦੇ ਟਾਇਰ ਆ ਜਿਹੜੇ ਕਾਸੇ ਪਏ ਹੋਏ ਨੇ ਅਤੇ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਪਈ ਆ। ਰੰਗ ਬੰਨਾ ਜੋ ਵੀ ਤੁਸੀਂ ਦੇਖ ਸਕਦੇ ਹੋ। ਉਸਦੇ ਨਾਲ ਆ ਗਏ ਜੀ ਫਾਰਮ ਟਰੈਕ 50, ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ। 97 ਮਾਡਲ ਆ, 1,38,000 ਰੁਪਈਆ ਮਾਲਕਾਂ ਦੀ ਡਿਮਾਂਡ ਆ ਜੀ। ਉਹਦੇ ਨਾਲ ਆ ਗਿਆ ਸਵਰਾਜ 855 SE PB03, 2017 ਮਾਡਲ ਆ ਜੀ। 5,70,000 ਰੁਪਈਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਓਕੇ ਪਏ ਜੀ ਇਸਦੇ। MRF ਦੇ ਟਾਇਰ ਆ, ਚਾਰੇ ਟਾਇਰ ਹੀ MRF ਦੇ ਜੀ। ਰੰਗ ਬੰਨ ਲਓ ਵੀ ਟਰੈਕਟਰ ਸਾਫ਼ ਆ, ਫੈਬਰ ਵਾਲੀ ਛਤਰੀ ਲੱਗੀ ਆ। ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਟਰੈਕਟਰ ਦੀ ਕੰਡੀਸ਼ਨ। ਉਹਦੇ ਨਾਲ ਆ ਗਏ ਸੋਨਾਲੀਕਾ 60, ਪੰਜਾਬ ਨੰਬਰ ਹੈ ਵੀ, 2007 ਮਾਡਲ ਆ। 2,75,000 ਰੁਪਈਆ ਡਿਮਾਂਡ ਆ। ਜਿਹੜੇ ਟਾਇਰਾਂ ਦੀ ਕੰਡੀਸ਼ਨ ਆ, ਘਾਸੇ ਪਈ ਹੋਈ ਆ। ਬੈਕ ਸਾਈਡ ਦੇ ਟਾਇਰ ਆ ਜਿਹੜੇ ਇਸਦੇ 1628 ਦੇ। ਉਸਦੇ ਨਾਲ ਆ ਗਿਆ ਸਟੈਂਡਰਡ ਡਬਲ ਕਲੱਚ ਟਰੈਕਟਰ ਆ ਜੀ, 460 DI। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਠੀਕ ਠਾਕ ਪਈ ਹੈ ਜੀ। 2012 ਮਾਡਲ ਟਰੈਕਟਰ ਆ। 3,25,000 ਰੁਪਈਆ ਡਿਮਾਂਡ ਆ ਜੀ। ਬੈਕ ਸਾਈਡ ਦੇ ਟਾਇਰ 1628 ਦੇ ਆ ਅਤੇ ਗੁੜੀਅਰ ਦੇ ਟਾਇਰ ਆ ਜੀ। ਉਸਦੇ ਨਾਲ ਆ ਗਏ ਮਹਿੰਦਰਾ 265। ਰੰਗ ਬੰਨ ਤੁਸੀਂ ਵੀਡੀਓ 'ਚ ਟਰੈਕਟਰ ਦਾ ਦੇਖ ਸਕਦੇ ਹੋ। ਅਤੇ ਬੈਕ ਸਾਈਡ ਦੇ ਟਾਇਰ ਬਹੁਤ ਸਾਫ਼ ਕੰਡੀਸ਼ਨ ਦੇ ਪਏ ਆ। ਪੋਲੋ ਕੰਪਨੀ ਦੇ ਟਾਇਰ ਆ, 12x28 ਦੇ, ਅਤੇ 2001 ਮਾਡਲ ਆ। 1,95,000 ਰੁਪਈਆ ਡਿਮਾਂਡ ਆ ਜੀ। ਉਹਦੇ ਨਾਲ ਆ ਗਏ ਸੋਨਾਲੀਕਾ DI35 RX, 2018 ਮਾਡਲ ਆ ਜੀ। 4,70,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਰੰਗ ਵੱਲੋਂ ਟਰੈਕਟਰ ਬਿਲਕੁਲ ਕੋਕਾ ਪੀਸ ਆ ਜੀ। ਅਤੇ ਪੋਲੋ ਕੰਪਨੀ ਦੇ ਟਾਇਰ ਆ, ਬੈਕ ਸਾਈਡ ਦੇ 13x28 ਸਾਈਜ਼ ਆ ਜੀ। ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਜੀ। ਵੀਡੀਓ ਦੇਖਣ ਲਈ ਧੰਨਵਾਦ।